ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਅੱਜ ਤੁਹਾਡੇ ਸਭ ਦੇ ਹੁਕਮ ਨਾਲ ਮੈਂ ਇੱਕ ਹੋਰ ਲੈਸਨ ਤੁਹਾਡੇ ਵਾਸਤੇ ਲੈ ਕੇ ਆਇਆ ਹੈ। ਤਾਂ ਬੇਸਿਕਸ ਨੇ ਸਾਰੇ ਮੈਂ ਦੇ ਰਿਹਾ, ਕੋਸ਼ਿਸ਼ ਕਰ ਰਿਹਾ, ਅਤੇ ਐਡਵਾਂਸ ਵੀ ਹੌਲੀ ਹੌਲੀ ਕਰਾਂਗੇ, ਕਿਉਂਕਿ ਕਈ ਕਈ ਸਿੰਘ ਕਹਿੰਦੇ ਆ ਐਡਵਾਂਸ ਭੇਜੋ ਲੈਸਨ, ਕਈ ਕਹਿੰਦੇ ਬੇਸਿਕ ਭੇਜੋ। ਅਤੇ ਹੁਣ ਮੈਂ ਇੱਕ ਛੋਟਾ ਜਿਹਾ ਕਲਿੱਪ ਬਿਲਕੁਲ ਬੇਸਿਕ ਦਾ ਸਾਊਂਡ 'ਤੇ ਹੀ ਗੱਲ ਕਰਾਂਗੇ, ਜਿਵੇਂ ਪਿੱਛੇ ਕਹਿਰਵੇ ਦੀ ਵੇਰੀਏਸ਼ਨਸ ਦੀ ਗੱਲ ਕੀਤੀ ਸੀ, ਇੱਦਾਂ ਹੀ ਹੁਣ ਥੋੜ੍ਹੀ ਜਿਹੀ ਇੱਕ ਕਹਿਰਵੇ ਦਾ ਹੋਰ ਵੇਰੀਏਸ਼ਨ ਹੈਗਾ ਆ, ਜਿਹੜਾ ਪੈਟਰਨ ਇੱਕ ਹੋਰ ਕਹਿਰਵੇ ਦਾ ਬਹੁਤ ਜ਼ਿਆਦਾ ਯੂਜ਼ ਹੁੰਦਾ ਆ, ਹੁਣ ਅੱਜ ਉਹਦੇ ਬਾਰੇ ਗੱਲ ਕਰਾਂਗੇ। ਫਿਰ ਮੈਂ ਕੋਸ਼ਿਸ਼ ਕਰੂੰਗਾ ਇੱਕ ਹੋਰ ਵੀਡੀਓ ਬਣਾਵਾਂ ਜਿਹਦੇ ਵਿੱਚ ਮੈਂ ਥੋੜ੍ਹਾ ਜਿਹਾ ਐਡਵਾਂਸ ਜਾਂ ਜਿਵੇਂ ਕੋਈ ਟੁਕੜਾ ਜਾਂ ਕੋਈ ਪਰਨ ਜਾਂ ਕੁਛ ਇੱਦਾਂ ਦਾ ਲੈਸਨ ਅਪਲੋਡ ਕਰਨ ਦੀ ਕੋਸ਼ਿਸ਼ ਕਰੂੰਗਾ। ਅਤੇ ਹੁਣ ਆਪਾਂ ਗੱਲ ਕਰਦੇ ਹਾਂ ਇਹਦੇ ਬਾਰੇ। ਆਪਾਂ ਬਹੁਤ ਜ਼ਿਆਦਾ ਯੂਜ਼ ਕਰਦੇ ਹਾਂ ਠੇਕਾ ਕਹਿਰਵੇ ਦਾ, ਇੱਕ ਤਾਂ ਪਿਛਲੀ ਵਾਰੀ ਗੱਲ ਕੀਤੀ ਸੀ ਕਹਿਰਵੇ ਦਾ, ਜਿਹੜਾ ਉਹਨੂੰ ਚਲੰਤ ਠੇਕਾ ਕਹਿੰਦੇ ਨੇ, ਹੈ ਨਾ। ਇੱਕ ਠੇਕਾ ਹੁੰਦਾ ਬੈਠਵਾਂ, ਇਹਦੇ ਵਿੱਚ ਆਪਾਂ ਬੈਠਵੇਂ ਦੀ ਅੱਜ ਗੱਲ ਕਰਾਂਗੇ। ਬੈਠਵੇਂ ਦਾ ਬੋਲ ਤਾਂ ਸੇਮ ਆ ਸਾਰਿਆਂ ਦਾ ਹੀ, ਬਸ ਉਹਦੀ ਫਿੰਗਰਿੰਗ ਦਾ ਥੋੜ੍ਹਾ ਜਿਹਾ ਹੇਰ ਫੇਰ ਹੁੰਦਾ, ਕਿਸੇ ਵੇਲੇ ਉਹਦੀ ਫਿੰਗਰਿੰਗ ਦੇ ਨਾਲ ਹੀ ਸਾਊਂਡ ਬਦਲ ਜਾਂਦੀ ਹੈ, ਪੈਟਰਨ ਹੀ ਬਦਲ ਜਾਂਦਾ ਇੱਕ ਹਿਸਾਬ ਦਾ। ਫਿੰਗਰਿੰਗ ਚੇਂਜ ਹੋਣ ਦੇ ਨਾਲ ਰਹੇਗਾ ਸੇਮ, ਬੋਲ ਵੀ ਸੇਮ ਰਹਿਣਗੇ, ਉਹ ਸੁਣਨ 'ਚ ਵੀ ਸੇਮ ਲੱਗੇਗਾ, ਪਰ ਥੋੜ੍ਹਾ ਜਿਹਾ ਜੇ ਕਿਸੇ ਵੇਲੇ ਅਸੀਂ ਸੁਣਦੇ ਹਾਂ ਨਾ ਬੈਠਵਾਂ ਠੇਕਾ ਜਾਂ ਚਲੰਤ ਠੇਕਾ, ਕੋਈ ਵੀ ਬੋਲ ਆਪਾਂ ਸੁਣਦੇ ਹਾਂ, ਸੁਣਨ 'ਚ ਕਿਸੇ ਵੇਲੇ ਲੱਗਦਾ ਬਹੁਤ ਅੱਛਾ ਲੱਗ ਰਿਹਾ, ਸੁਣਨ 'ਚ ਬਹੁਤ ਅੱਛਾ ਲੱਗ ਰਿਹਾ, ਕਲੀਅਰ ਆ ਰਿਹਾ, ਉਹ ਇਹੀ ਥੋੜ੍ਹਾ ਜਿਹਾ ਫਿੰਗਰਿੰਗ ਦਾ ਹੇਰ ਫੇਰ ਹੁੰਦਾ ਹੈ, ਉਹਦੇ ਬਾਰੇ ਆਪਾਂ ਅੱਜ ਗੱਲ ਕਰਾਂਗੇ। ਹੈਗੇ ਇਹਦੇ ਬੋਲ, ਇਹਦੇ 'ਚ ਹੁਣ ਮੈਂ ਤਿੰਨ ਚਾਰ ਤਰ੍ਹਾਂ ਦਾ ਪੈਟਰਨ ਕੋਸ਼ਿਸ਼ ਕੀਤੀ ਹੈ ਵਜਾਉਣ ਦੀ। ਬੋਲ ਨਹੀਂ ਬਦਲੇ, ਕੁਛ ਨਹੀਂ ਬਦਲਿਆ, ਉਹਦੇ 'ਚ ਕੁਛ ਨਾ ਕੁਛ ਐਡ ਕੀਤਾ ਥੋੜ੍ਹਾ ਥੋੜ੍ਹਾ, ਜਿਵੇਂ ਹੈ ਨਾ ਇਹਨੂੰ ਬੋਲਦੇ, ਆਪਾਂ ਜ਼ਿਆਦਾ ਯੂਜ਼ ਕਰਦੇ ਹਾਂ ਧਾ ਤਿੱਟ ਤਿੰਨ ਤਿੰਨ ਤਾ ਤਿੱਟ ਦਿਨ ਦਿਨ, ਇਹ ਥੋੜ੍ਹਾ ਵਜਾਇਆ ਧਾ ਧਾ ਗਿੰਨਾ ਤਿੰਨ ਦਿਨ, ਇਹਨੂੰ ਐਡਵਾਂਸ ਲੈਂਗੁਏਜ ਜਿਹੜੀ ਤਬਲੇ ਦੀ ਉਹਦੇ ਵਿੱਚ ਕਹਿੰਦੇ ਦਾੜਾ ਗਿੰਨਾ ਤਿੰਨ ਤਿੰਨ, ਜਾਂ ਦਾੜਾ ਗੇਧਾ ਵੀ ਹੋ ਸਕਦਾ ਹੈ, ਬਟ ਜੇ ਬੇਸਿਕ ਗੱਲ ਕਰੀਏ ਦਾਦਾ ਗਿੰਨਾ ਦਾਦਾ ਗਿੰਨਾ। ਅਤੇ ਜੇ ਜਿਹੜੀ ਅੱਗੇ ਦੀ ਲੈਂਗੁਏਜ ਆ ਹੋਰ ਜਿਵੇਂ ਪ੍ਰੋਫੈਸ਼ਨਲ ਆ ਜਾਂਦੀ, ਉਹਦੇ 'ਚ ਦਾੜਾ ਕਹਾਂਗੇ ਦਾੜਾ। ਕਈ ਵਾਰੀ ਬੇਸਿਕ ਬੱਚਿਆਂ ਨੂੰ ਸਮਝ ਨਹੀਂ ਆਉਂਦਾ ਡਾ ਬੋਲ, ਜਾਂ ਹੋਰ ਕਈ ਬੋਲ ਹੈਗੇ ਨੇ ਜਿਹੜੇ ਸਮਝ ਨਹੀਂ ਆਉਂਦੇ, ਇਸ ਕਰਕੇ ਮੈਂ ਬੇਸਿਕ ਬੋਲ ਹੀ ਬੋਲਣ ਦੀ ਕੋਸ਼ਿਸ਼ ਕਰ ਰਿਹਾ ਜੀ। ਹੁਣ ਆਪਾਂ ਬੋਲ ਵਜਾਉਂਦੇ ਹਾਂ ਸਿੰਪਲ ਧਾ ਤਿੱਟ ਤਿੰਨ ਤਿੰਨ ਤਾ ਤਿੱਟ ਦਿਨ ਦਿਨ, ਕਈ ਜਾਣੇ ਵਜਾ ਦਿੰਦੇ ਨੇ ਇਸੇ ਬੋਲ ਨੂੰ, ਇੱਦਾਂ ਮੈਂ ਸੁਣਾਉਂਦਾ ਤੁਹਾਨੂੰ। ਜਿਵੇਂ ਮਰਜ਼ੀ ਮਤਲਬ ਆਪਣੇ ਹਿਸਾਬ ਨਾਲ ਐਡਜਸਟ ਕਰਕੇ, ਪਰ ਅਸੀਂ ਕੋਸ਼ਿਸ਼ ਕਰਨੀ ਇਹ ਆ ਕਿ ਜਿਹੜਾ ਬੋਲ ਹੈ ਪ੍ਰੋਪਰ ਉਹੀ ਵੱਜਣਾ ਚਾਹੀਦਾ ਹੈ, ਉਹਦੀ ਪ੍ਰੋਪਰ ਸਾਊਂਡ ਤਾਂ ਹੀ ਆਏਗੀ ਇੱਦਾਂ। ਮੈਂ ਇਹ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਜਿਹੜਾ ਤਿੰਨ, ਖਾਸ ਕਰਕੇ ਇਹਦੇ ਵਿੱਚ ਧਾ ਤਿੱਟ ਤਿੰਨ ਤਿੰਨ, ਉਹਨੂੰ ਅਵੋਇਡ ਕਰਦੇ ਹਾਂ ਅਸੀਂ ਕਈ ਵਾਰ, ਉਹਨੂੰ ਬਿਲਕੁਲ ਅਵੋਇਡ ਨਹੀਂ ਕਰਨਾ, ਉਹ ਬਹੁਤ ਇੰਪੋਰਟੈਂਟ ਰੱਖਦਾ ਹੈ, ਬਹੁਤ ਬਹੁਤ ਇੰਪੋਰਟੈਂਟ ਬੋਲ ਹੈ ਇਸ ਠੇਕੇ ਦਾ, ਉਹਨੂੰ ਜ਼ਰੂਰ ਅਸੀਂ ਕਲੀਅਰ ਕਰਕੇ ਵਜਾਉਣਾ ਹੈ, ਕਿਉਂਕਿ ਬਾਕੀ ਬੋਲ ਤਾਂ ਵੱਜ ਹੀ ਜਾਂਦੇ ਨੇ ਜਦੋਂ ਆਪਾਂ ਸੁਣਦੇ ਹਾਂ, ਜਿੱਦਾਂ ਥੋੜ੍ਹਾ ਥੋੜ੍ਹਾ ਇਹਨੂੰ ਇਹਦੀ ਆਪਾਂ ਲੈ ਤੇਜ਼ ਕਰਕੇ ਸੁਣਦੇ ਹਾਂ ਕਿਸੇ ਵੇਲੇ। ਕਿਸੇ ਵੀ ਤਰ੍ਹਾਂ ਨਾਲ ਕੋਈ ਵਜਾਉਂਦਾ ਹੈ, ਉਹ ਬੜੀ ਤਰ੍ਹਾਂ ਦੀ ਫਿਰ ਸਾਊਂਡ ਆਪਾਂ ਨੂੰ ਅਲੱਗ ਅਲੱਗ ਸੁਣਦੀ ਹੈ। ਜਦੋਂ ਇਸੇ ਲੈ 'ਚ ਆਪਾਂ ਇੱਕ ਦੋ ਠੇਕੇ ਹੋਰ ਵੀ ਮੈਂ ਵੀ ਬਹੁਤ ਵਾਰ ਸੁਣੇ, ਕਈ ਵਾਰੀ ਖੁਦ ਨੂੰ ਵੀ ਵਜਾਉਣਾ ਪੈ ਜਾਂਦਾ ਵਾ ਅਕੋਰਡਿੰਗ ਟੂ ਬੰਦਿਸ਼। ਪੁਰਾਣੇ ਬਹੁਤ ਗਾਣਿਆਂ ਦੇ ਵਿੱਚ ਜਾਂ ਪੁਰਾਣੀ ਜਿਹੜੀਆਂ ਬੰਦਿਸ਼ਾਂ ਸ਼ਬਦ ਦੀਆਂ ਸੁਣਦੇ ਹਾਂ, ਉਹਨਾਂ ਦੇ ਵਿੱਚ ਇਹ ਠੇਕਾ ਵੱਜਿਆ ਹੋਇਆ ਵਾ ਤੇਜ਼ ਲੈ ਦੇ ਵਿੱਚ, ਪਰ ਜੇ ਅੱਜ ਸਾਊਂਡ ਦੀ ਗੱਲ ਕਰੀਏ ਤਾਂ ਸਾਊਂਡ ਹੀ ਇੰਨੇ ਵਧੀਆ ਆ ਗਏ ਨੇ ਕਿ ਬਹੁਤਾ ਜ਼ਿਆਦਾ ਐਫਰਟ ਦੀ ਲੋੜ ਹੀ ਨਹੀਂ ਹੈਗੀ ਤਬਲੇ 'ਚ। ਅਤੇ ਇਹ ਆਪਾਂ ਇਹਨੂੰ ਕਹਿਣ ਦਾ ਮੇਰਾ ਮਕਸਦ ਇੱਕ ਹੀ ਆ, ਜੋ ਵੀ ਆਪਾਂ ਵਜਾ ਰਹੇ ਹਾਂ ਉਹਨੂੰ ਕਲੀਅਰ ਵਜਾਉਣਾ ਚਾਹੀਦਾ ਹੈ, ਜੋ ਬੋਲ ਵੱਜ ਰਿਹਾ ਉਹ ਕਲੀਅਰ ਵਜਾਓ।
ਵਿੱਚ ਕੋਈ ਜ਼ਿਆਦਾ ਕੋਈ ਵੱਡੀ ਗੱਲ ਨਹੀਂ ਮੈਂ ਦੱਸ ਰਿਹਾ, ਇਹ ਜੋ ਮੈਂ ਸਿੱਖਿਆ ਜਾਂ ਮੈਂ ਜੋ ਸਮਝਿਆ ਥੋੜ੍ਹਾ ਜਿਹਾ ਉਹੀ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ। ਜੇ ਕਿਸੇ ਨੂੰ ਕੋਈ ਗੱਲ ਨਹੀਂ ਵੀ ਚੰਗੀ ਲੱਗੀ ਤਾਂ ਜ਼ਰੂਰ ਤੁਸੀਂ ਮੈਨੂੰ ਆਪਣੇ ਵਿਊਜ਼ ਦੇ ਸਕਦੇ ਹੋ। ਹਾਂ, ਮੈਂ ਜੇ ਜੇ ਮੈਂ ਕੁਛ ਗਲਤ ਬੋਲ ਦਿੱਤਾ ਉਹ ਵੀ ਤੁਸੀਂ ਮੈਨੂੰ ਦੱਸ ਸਕਦੇ ਹੋ, ਅਤੇ ਮੈਂ ਤਾਂ ਇਹੀ ਕੋਸ਼ਿਸ਼ ਕਰ ਰਿਹਾ ਜੋ ਜਿੰਨਾ ਕੁ ਮੈਨੂੰ ਸਮਝ ਆ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ। ਸਿਰਫ ਇਹ ਨਹੀਂ ਮੈਂ ਤੁਹਾਨੂੰ ਕੁਛ ਸਿਖਾ ਰਿਹਾ, ਸਿਰਫ ਮੈਂ ਸ਼ੇਅਰ ਕਰਦਾ ਤੁਹਾਡੇ ਸਾਰਿਆਂ ਨਾਲ, ਅਤੇ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਿਆ ਕਰੋ। ਅਤੇ ਇਹ ਹੁਣ ਮੈਂ ਥੋੜ੍ਹਾ ਜਿਹਾ ਠੇਕਾ ਵਜਾਵਾਂਗਾ, ਦੋ ਤਿੰਨ ਅਵਰਤਨ ਚਾਰ ਵਜਾਵਾਂਗਾ, ਉਸ ਤੋਂ ਬਾਅਦ ਇਸੇ ਦੀ ਦੁੱਗਣ ਵਜਾਵਾਂਗਾ। ਅਤੇ ਜੇ ਦੁੱਗਣ ਬਾਰੇ ਕੋਈ ਗੱਲ ਕਰਨੀ ਹੋਵੇ ਤਾਂ ਆਪ ਜੀ ਮੇਰੇ ਨਾਲ ਸਾਰੇ ਕੋਈ ਵੀ ਸੰਪਰਕ ਕਰ ਸਕਦੇ, ਕੋਈ ਗੱਲ ਨਹੀਂ। ਅਤੇ ਮੈਂ ਹੁਣ ਵਜਾਉਣ ਦੀ ਕੋਸ਼ਿਸ਼ ਕਰਾਂਗਾ। ਤੁਸੀਂ ਜਿੱਦਾਂ ਬਾਕੀ ਸਾਰੀ ਵੀਡੀਓਜ਼ ਨੂੰ ਲਾਈਕ ਕਰ ਰਹੇ ਹੋ ਅਤੇ ਇੱਦਾਂ ਹੀ ਹੋਰ ਸਪੋਰਟ ਕਰੋ ਅਤੇ ਕਰੋਗੇ ਵੀ, ਮੈਨੂੰ ਉਮੀਦ ਆ। ਅਤੇ ਸਪੋਰਟ ਕਰੋ ਅਤੇ ਇਸ ਚੈਨਲ ਨੂੰ ਜਲਦੀ ਜਲਦੀ ਸਬਸਕ੍ਰਾਈਬ ਕਰਕੇ ਅਤੇ ਅੱਗੇ ਵਧਾਈਏ। ਸੋ ਜੋ ਵੀ, ਕਿਉਂਕਿ ਜਿਹੜਾ ਵੀ ਲੋੜਵੰਦ ਆ ਜਾਂ ਜਿਹਨੂੰ ਵੀ ਨੌਲੇਜ ਚਾਹੀਦੀ ਆ ਉਹ ਲੈ ਸਕੇ। ਅਤੇ ਸਾਰੇ ਜਣੇ ਲਾਈਕ ਕਰੋ ਚੈਨਲ ਨੂੰ, ਸਬਸਕ੍ਰਾਈਬ ਕਰੋ, ਕਮੈਂਟ ਕਰੋ, ਅਤੇ ਜੋ ਵੀ ਮੇਰੇ ਨਾਲ ਪਰਸਨਲ ਵੀ ਸੰਪਰਕ ਕਰਨਾ ਚਾਹੇ ਉਹ ਕਰ ਸਕਦੇ ਨੇ, ਮੇਰਾ ਨੰਬਰ ਇਹਦੇ 'ਚ ਹੋਏਗਾ। ਅਤੇ ਮੈਨੂੰ ਦਿਓ ਇਜਾਜ਼ਤ, ਅਤੇ ਮੈਂ ਕੋਸ਼ਿਸ਼ ਕਰਾਂਗਾ ਹੋਰ ਤੁਹਾਡੇ ਵਾਸਤੇ ਵੀਡੀਓ ਕੋਈ ਨਾ ਕੋਈ ਲੈ ਕੇ ਆਉਂਦਾ ਰਹਾਂ। ਦਿਓ ਜੀ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।